ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਸਾਰੇ ਸਾਰਿਆਂ ਤੋਂ ਪਹਿਲਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ ਤੇ ਅੱਜ ਤੁਹਾਨੂੰ ਪਤਾ ਹੀ ਆ ਕਿ ਮੇਰਾ ਬਰਥਡੇ ਆ ਤੇ ਆਪਾਂ ਸਭ ਤੋਂ ਪਹਿਲਾਂ ਚੱਲੇ ਆ ਗੁਰਦੁਆਰੇ ਦਿਨ ਦੀ ਹੋ ਗਿਆ ਅਸੀਂ ਦੋਨੇ ਜਾਣੇ ਦਿਨ ਦੀ ਸ਼ੁਰੂਆਤ ਆ ਜਿਹੜੀ ਆਪਾਂ ਕਰਾਂਗੇ ਗੁਰੂ ਘਰ ਤੋਂ ਸਭ ਤੋਂ ਪਹਿਲਾਂ ਚੱਲੀਏ ਗੁਰੂ ਘਰ ਮੱਥਾ ਟੇਕੀਏ ਬਾਬਾ ਜੀ ਅੱਗੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਤੇ ਬਾਅਦ ਵਿੱਚ ਆਪਾਂ ਕਰਾਂਗੇ ਬਾਕੀ ਦਾ ਵਲੋਗ ਦੱਸਾਂਗੇ ਤੁਹਾਨੂੰ ਕਿਵੇਂ ਕਿਵੇਂ ਬਰਥਡੇ ਮਨਾਇਆ ਕੀ ਕੀਤਾ ਸਾਰੇ ਦਿਨ 'ਚ ਚੱਲੀਏ ਚੱਲਿਆ ਹੁਣ ਵਾਕਡਾਊਨ ਤੇ ਵਿੱਕੀ ਨੂੰ ਹੁਣ ਜਿੱਤਾ ਵਾਕਡਾਊਨ ਦਾ ਗਿਆ ਦੋਵਾਂ ਤਿੰਨਾਂ ਦੁਕਾਨਾਂ ਤੇ ਬੰਦ ਹੀ ਮਿਲੀਆਂ ਅੱਜ ਸਵੇਰ ਦੀਆਂ ਮੈਂ ਵੀ ਗਿਆ ਸੀ ਉਦੋਂ ਬੰਦ ਸੀ ਮੈਂ ਤਾਂ ਹੀ ਨਹੀਂ ਕਟਾਏ ਕੱਟ ਲੱਗਾ ਅੱਜ ਘੁਮਾਣੀ ਜਾਣਾ ਕੱਟ ਆ ਹੁਣ ਚੱਲੇ ਆਪਾਂ ਦੋਵੇਂ ਜਾਣੇ ਘੁਮਾਣੀ ਹਜੇ ਬਸ ਮੇਰੇ ਮੰਮਾ ਆਏ ਆ ਹੋਰ ਕੋਈ ਵੀ ਨਹੀਂ ਆਇਆ ਇਹ ਕਰਕੇ ਹੁਣ ਛੇਤੀ ਬਾਕੀਆਂ ਦੀ ਡਈ ਆ ਵੇਟ ਹੋਣਾ ਮਿਲਦੇ ਹਾਂ ਜੀ ਫਿਰ लो जी बुगियां लिशक गई हड्डियां मैं तो नहाता सवेर तक इन्हें नहाना जाके कपड़े नहा लिया मैं भी भरा अच्छा सिर नहाना होना सिर नहा के मैं तो गुरुद्वारा साहब को गया सिर नहाना मतलब हां सिर नहाना जा सिर नहाना ते जाके कपड़े कपड़े बुने तकरीबन सारे आ ही गए आ ਤਾਂ ਦਿਖਾਉਂਦੇ ਆ ਬਸ ਮਿਲਦੇ ਸਾਰਿਆਂ ਨਾਲ ਨਾਲ ਹੀ ਜਾਂਦੇ ਪਏ ਆ ਘਰ ਹਾਂਜੀ ਘਰੇ ਆ ਗਏ ਆਪਾਂ ਹੋ ਗਏ ਆ ਤਿਆਰ ਤੇ ਘਰੇ ਤਕਰੀਬਨ ਸਾਰੇ ਮਹਿਮਾਨ ਆ ਚੁੱਕੇ ਆ ਸਿਰਫ ਅੰਮ੍ਰਿਤਸਰ ਵਾਲੇ ਰਹਿ ਗਏ ਆ ਤੇ ਆ ਜਾਓ ਫਿਰ ਤੁਹਾਨੂੰ ਸਾਰਿਆਂ ਨਾਲ ਮਿਲਾਉਣਾ ਤੇ ਸਹਿਜ ਤੇ ਬਲਜੀਤ ਲੱਗੇ ਆ ਡੈਕੋਰੇਸ਼ਨ ਕਰਨ ਆ ਜਾਓ ਫਿਰ ਵੇਖੀਏ ਕਿਹੋ ਜਿਹਾ ਮਾਹੌਲ ਫਿਰ ਸਾਰਿਆਂ ਦਾ ਜਲੰਧਰ ਵਾਲੇ ਵੀ ਆ ਹੀ ਗਏ ਹੈ ਜਲੰਧਰੀਓ ਮਹਾਂ ਲਿਆਂਦਾ ਤੁਹਾਨੂੰ ਗੁਰਮੇਹਰ ਕਿੱਦਾਂ ਦਾ ਲੱਗਣ ਡਿਆ ਮੈਂ ਭੂਆ ਕੋ ਆ ਕੇ ਬਹੁਤ ਹੀ ਵਧੀਆ ਬਹੁਤ ਖੁਸ਼ ਪਹਿਲੇ ਦਿਨ ਆਈ ਵਿਚਾਰੀ ਭੂਆ ਮੈਂ ਬੜੀ ਖੁਸ਼ੀ ਦੇ ਮਸੀ ਜੀ ਗੁਰਮੇਹਰ ਗੁਰਮੇਹਰ ਲਓ ਜੀ ਪ੍ਰਾਹੁਣੇ ਤੇ ਗਏ ਆ ਸਾਰੇ ਆ ਤੇ ਇੱਧਰ ਲੱਗਾ ਸੈ ਚੰਗਾ ਹੋਣਾ ਕੋਣ ਜਾਏਗਾ ਮੈਂ ਇੱਧਰ ਮੈਂ ਜਿੱਦ ਜਿੱਦ ਹਾਰ ਗਿਆ ਵੀਰ ਜੀ ਉਂਗਲ ਰੱਖੋ ਥੱਲੇ ਵੀਰ ਜੀ ਵੀਰ ਜੀ ਉਂਗਲ ਰੱਖੋ ਭਗਾਨੇ ਥੱਲੇ ਵੀਰ ਜੀ ਨੇ ਪਹਿਲਾਂ ਭਗਾਨਾ ਫਲਾਇਆ ਤੇ ਉਹ ਵੀ ਥੱਲਿਓ ਪਾੜਦਾ ਜੀ ਠੀਕ ਆ ਉਹਨੇ ਫਲਾ ਲੈਣਾ ਦੇਖ ਲੈਨੇ ਆ ਕਿਹੜਾ ਜ਼ਿਆਦਾ ਹੁੰਦਾ
ਇਹਨੇ ਪਾੜਨਾ ਵਾ ਠੀਕ ਆ ਸਹੀ ਗੱਲ ਆ ਤੁਸੀਂ ਸਾਰਿਆਂ ਨੂੰ ਵੱਡਾ ਫਲਾਇਆ ਨਾ ਚੱਲ ਹੁਣ ਚੁੱਕ ਲਾ ਉਹ ਉੱਠਣ ਨੂੰ ਫੇਂਡੀ ਆ ਉਹ ਚੁੱਕਦੀ ਨੀਗੀ ਗੁਰਮੇਰ ਦਾ ਸੋਹਣੀ ਬੜੀ ਲੱਗਣ ਡੀ ਹੈ ਅੱਗੇ ਸਵੇਰੇ ਸਵੇਰੇ ਕਹਿਣ ਡੇ ਮੈਂ ਵੱਡੇ ਭੂਆ ਫੁੱਫੜ ਦੀ ਇਟਲੀ ਆ ਉੱਥੇ ਤੇ ਜਾਇਆ ਨੀ ਜਾਣਾ ਨਿੱਕੇ ਭੂਆ ਫੁੱਫੜ ਕੋ ਆ ਗਈ ਆ ਪਗਾਨੇ ਨਾ ਉੱਡ ਜੀ ਫਲਾ ਦੋ ਸਾਵਾ ਹਾਂਜੀ ਕਿੱਦਾਂ ਫਿਰ ਕਿੱਥੇ ਸਹੀ ਗੱਲ ਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਸੱਦ ਲਿਆ ਨਾ ਬੁਲਾ ਲਿਆ ਨਾ ਤੇ ਇੱਥੇ ਤੁਹਾਨੂੰ ਵੇਖ ਲਓ ਵੀਡੀਓ ਦੇ ਵਿੱਚ ਵੀ ਲੈ ਲਿਆ ਤੁਸੀਂ ਕਹਿੰਦੇ ਸਾਨੂੰ ਸੱਦਿਆ ਹੀ ਨਹੀਂ ਮੈਂ ਆਪ ਕਰਾਇਆ ਵਾ ਆਪ ਕਿਉਂ ਕੀਤਾ ਚਲੋ ਜਿੱਦਾਂ ਮਰਜ਼ੀ ਆ ਤੁਹਾਨੂੰ ਆਪਾਂ ਵਿੱਚ ਪਾਰਟੀਸਪੇਟ ਕਰ ਲਿਆ ਤੁਸੀਂ ਵਿੱਚ ਐਡ ਹੋ ਗਏ ਜੇ ਹੁਣ ਸਾਡੇ ਫੰਕਸ਼ਨ ਦੇ ਜਿੱਦਾਂ ਮਰਜ਼ੀ ਆ ਚਲੋ ਹੁਣ ਐਡੀ ਦੂਰੋਂ ਇੱਦਾਂ ਹੀ ਕਰ ਸਕਦੇ ਐਡ ਚੱਲ ਵੇਖ ਲਈ ਨਹੀਂ ਇੱਦਾਂ ਗਿਫਟ ਕਿੱਥੇ ਮੇਰਾ ਗਿਫਟ ਕਿਹੜਾ ਉਹ ਬੱਲੇ ਕਲਾ ਦੋ ਸਿਆਲ ਆਉਣ ਡਿਆ ਪਾਇਆ ਕਰਾਂਗੇ ਆਪਣੇ ਸਿਰ ਤੇ ਪਾ ਕੇ ਦੱਸ ਚਲੋ ਇਹ ਗਿਫਟ ਤੁਸੀਂ ਪਾ ਲਿਆ ਕਰੋ ਸਿਆਲ ਦੇ ਵਿੱਚ ਆਉਣਾ ਤਾਂ ਨਹੀਂ ਨੀ ਦੂਰੋਂ ਤੇ ਹੋਰ ਤੁਹਾਨੂੰ ਗਿਫਟ ਕਰਤਾ ਤੇ ਹੋਰ ਆ ਵਧੀਆ ਆਪ ਹੀ ਪੈਸੇ ਖਰਚੋ ਤੇ ਆਪ ਹੀ ਰੱਖ ਲਓ ਡਰ ਜੇ ਮੇਹਰ
ਚਿੰਕੀ ਮਿੰਕੀ ਨਹੀਂ ਨਜ਼ਰਾਂ ਮਲਾਉਂਦੀਆਂ ਅੱਜ ਹੈ ਮੈਂ ਚਿੰਕੀ ਮਿੰਕੀ ਅੱਜ ਨਜ਼ਰਾਂ ਨਹੀਂ ਮਲਾਉਂਦੀਆਂ ਨਜ਼ਰੀ ਬਸ ਗੇੜੀ ਛੇੜੀ ਤੇ ਅੱਛਾ ਮੰਮੀ ਨੂੰ ਬੁਲਾਉਂਦੇ ਨਹੀਂ ਉੱਠ ਗਿਆ ਨਾ ਛੇੜਾ ਕੋਈ ਨਹੀਂ ਕੰਮ सही गल पक्की पक्की मैं ला बे गिरले गिरले ना गिरले गिरले लाने के पास निशाने ला लो पड़ेंगे नहीं भैया मैं कहना ला गए वो इदा ही बिच फोटोग्राफर साहब फोन भर गया नहीं भर गया चुके जान डे फोन भर गया तेरे को नहीं नहीं चुकया जाता पिया ओना दी मैं वीडियो बना के ले आना ना कौन स्पेशल मेहमान सासी अंकल जी ਹੋ ਠੀਕ ਠਾਕ ਵਧੀਆ 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 ਅੱਜ ਆਮੋ ਸਾਹਮਣੇ ਬੰਨ ਗਿਆ ਆਮੋ ਸਾਹਮਣੇ ਤੁਸੀਂ ਮੇਰੀ ਬਣਾਓ ਮੈਂ ਤੁਹਾਡੀ ਬਣਾਉਂਗਾ ਉਹ ਅੱਜ ਹੋ ਗਿਆ ਮੈਂ ਨਾ ਮਿਲਿਆ ਮੈਂ ਗੁੱਲੀ ਸਸੀ ਆ ਬੀ ਸਿੱਧੇ ਹੋ ਗਏ ਤੁਸੀਂ ਤੇ ਸਾਰੇ ਜਣੇ ਨੇ ਮੇਰਾ ਕਿੱਥੇ ਕੈਮਰਾ ਹਾਂ ਉਹ ਨਹੀਂ ਇਹਨਾਂ ਦੀਆਂ ਚੋਰੀ ਚੋਰੀ ਕਰਨਾ ਮੈਂ ਅੱਗੇ ਕਹਿਣਾ ਆਮੋ ਸਾਹਮਣੇ ਬਣੂਗੀ ਦੱਸਿਓ ਜੀ ਸਾਰੇ ਕਮੈਂਟ 'ਚ ਆਹ ਕੇਕ ਮੈਂ ਕਰਾ ਕੇ ਦਿੱਤਾ ਉਹਨੂੰ ਵਿੱਕੀ ਨੂੰ ਫੋਟੋ ਵਾਲਾ ਅਤੇ ਆਹ ਕੇਕ ਉੱਦਾਂ ਸੀ ਚਾਰ ਚਾਰ ਪਾਉਂਡ ਦੇ ਦੋਵੇਂ ਆਪੇ ਕੋਲ ਅੰਦਰੋਂ ਕਿੰਨੇ ਮਾਰ ਲਿਆ ਮਹਾਂ ਤਾਂ ਕੇਕ ਆਏ ਤੇ ਹੁਣ ਅੰਦਰੋਂ ਬੂਹਾ ਮਾਰ ਲਿਆ ਕਿਸੇ ਨੇ ਹੋਏ ਤਾਂ ਵੀ ਨਹੀਂ ਜਾਣਾ।
कर लागे बह जाओ उचे थे आई जाओ गड्डी जाओ उठी जाओ चलो चल हम फड़ के भाजी पाते हैं ना मुंह चमच ले 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 चमच ले हमने चुकवाई उठ जाते अपने लागे की हो गया स्पेशल मेहमान मेरे नानी जी Thank you.
ਲਓ ਜੀ ਹੁਣ ਲੱਗੇ ਅਸੀਂ ਕਰਨ ਆਤਿਸ਼ਬਾਜ਼ੀ ਕੁਛ ਤੇ ਕਰਨਾ ਹੀ ਆ ਨਾ ਚੱਲ ਲੈਣਾ ਚਲੋ
पिछे हो जाओ पिछे पिछे चलो कुछ पता नहीं किधर लानी है फट गई ओते फट गई है चलनी कली कली जा अनार होना ना नहीं चलिया टिकट चली नहीं अगे भी इदा ही ना तीन चार लागे ही इधरलिया इधरलिया तीन चार लागे ही अनार हो ना बस या दोनों कट्ठिया ला दे नहीं लगनी जीतू दे कान जी